ستنا مصري هاجر ستنا خالصا موویز پیش کردے ہن برلے سکھ سماج دی انوکھی پرمپرا نو نبھاؤندا ڈیرا بابا مان سنگھ منوج دے درد دے برتن منوج دے کرم دی کرم شالا نو درشاؤندا ڈیرا بابا مان سنگھ دساں گرواں دی بانی دا سار نام جپو بند چھکو اتے کرت کرو نو فرماؤندا ڈیرا بابا مان سنگھ دسویں بادشاہی گرو گوبند سنگھ جی دی وراثت دا پرچم اتے پنج پیاریاں وچوں بھائی دیا سنگھ جی تو چلی قربانی دی روایت نو چار چن لاؤندا ڈیرا بابا مان سنگھ سمپردائے دے نویں رتن سنت بابا ایشر سنگھ راڑا والیاں دے آشیرواد نال ستھاپت گرودوارا سچ کھنڈ ایشر دربار اتے انہاں دی شگردی وچ اس دربار دی آن بان اتے شان نو قائم رکھن والے مجلوماں دے درد نو اپنا درد بناون والے دکھی منجتا دے مسیحا بن کے ابھرے پروپکاری سنت شیرومنی بابا مان سنگھ دیہ شیوا ور موہ اہے شبھ کرمن تے کبھوں نہ ڈروں او بابا مان سنگھ جنہ دے کلنا وچ جد پہنچ دیئے گجرات دے بھینکر بھوکمپ تو اجڑے بھکھے ننگیاں دی چیخو پکار تے او پہنچ جاندے نے اپنی دیشاں تے ودیشاں وچ پھیلی سنگتاں دے نال رسد پانی دے ٹرک لے کے انہاں دی مدد لئی سورا سو پہچانیے جو لڑے دین کے ہیت او بابا مان سنگھ جڑے تج دیندے نے اپنا چین و سکون جد پکار دے نے انہاں نوں اڑیسا دے طوفان گرست لوک جنہاں دا اتے آسمان تے تھلے زمین دے علاوہ کچھ بھی باقی نہ رہا دن رات انہاں دی مدد کرن تو بعد بھی من دا پاو یہی رہا میرا مجھ میں کچھ نہیں جو کچھ ہے سب تیرا تیرا تجھ کو ارپن کیا لاگے میرا پڑھی نماز تے نیاز نہ سکھیا تیریاں کس کم پڑھیاں نمازاں نہ کر دٹھا نہ کروالا دٹھا تیریاں کس کم دٹھیاں نیازاں علم پڑھیا تے عمل نہ کیتا تیریاں کس کم کیتیاں عباداں بلے شاہ پتا او تو لگ سی جدو چڑی فسی ہاتھ باجا او تھی عملہ دے ہونے نے نبیڑے کسے نہیں تیری جات پچھنی چھوٹے مان تیرے چھوٹے سب چیڑے کسے نہیں تیری جات پچھنی اسی تو ہڈے نال ہاں رو تسی بھی ساڈے نال جو بولے سو نحال ست شری اکال I'm not going to be able to do it.
ਜਾਣਤੇ ਹਨ ਕਿਸ ਕਰਮ ਨ ਜਾਣਾ ਤਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੋ ਰਾਖੀ ਮੇਰੀ ਸਤਿਗੁਰ ਨਾਨਕ ਪ੍ਰਗਟਿਆ ਜਿੱਥੇ ਆਪ ਜੀ ਮਾਈ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਮੂਲ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਦਲੇ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰਾਂ। ਉੱਥੇ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਗਟ ਦੇ ਸਨਮਾਨ ਆਪ ਜੀ ਨੂੰ ਗੁਰੂ ਬਾਬੇ ਦੇ ਪ੍ਰਗਟ ਦੇ ਦਿੱਤੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਭਾਈ ਸਾਹਿਬ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਦੇ ਵਿੱਚ ਦੱਸਿਆ, ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ, ਲਿਹਾਰ ਜਾਂਦਾ, ਵਾਰੀ ਜਾਂਦਾ ਹਾਂ, ਆਪਣੀ ਜ਼ਿੰਦਗੀ ਭੋਲ ਘੁਮਾਉਂਦਾ ਹਾਂ ਜਿਹੜੇ ਆਪਣੇ ਸਤਿਗੁਰੂ ਪਾਤਸ਼ਾਹ ਜੀ ਦਾ ਗੁਰਪੁਰਬ ਮਨਾਉਂਦੇ ਹਨ, ਪ੍ਰਕਾਸ਼ ਮਨਾਉਂਦੇ ਤੂੰ ਕਹਿੰਦੇ ਹਨ। ਗੁਰਪੁਰਬ ਕਰੰਦੇ ਜੀ, ਗੁਰਪੁਰਬ ਕਰੰਦੇ ਜੀ,
ਸਾਰੀ ਤਿੰਨ ਗੁਰਸਿੱਖਾਂ ਭਾਏ ਭਗਤ ਗੁਰ ਪੁਰਬ ਕਰਮਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਗੁਰੂ ਬਾਬਾ ਜੀ ਦੇ ਪ੍ਰਕਾਸ਼ ਦਿਵਸ ਅੱਜ ਥਾਂ ਥਾਂ ਤੇ ਮਨਾਏ ਜਾ ਰਹੇ ਛੋਟੇ ਵੱਡੇ ਪਿੰਡਾਂ 'ਚ ਪ੍ਰਭਾਤ ਫੇਰੀਆਂ ਨਗਰ ਕੀਰਤਨ ਕਿਤੇ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਨੇ ਸੁਣੀ ਬਿਨੰਤੀ ਠਾਕੁਰ ਮੇਰੇ ਸਭ ਕਲਾ ਬਣਿਆਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਦੀ ਵਡਿਆਈ ਗੁਰੂ ਬਾਬੇ ਦਾ ਜਸ ਸਾਰੀ ਦੁਨੀਆਂ ਵਿੱਚ ਹੋ ਰਿਹਾ ਇੱਕ ਮਹਾਂਪੁਰਖ ਨਾਨਕ ਸ਼ਬਦ ਦੇ ਅਰਥ ਕਰਿਆ ਕਰਦੇ ਸਨ ਨਾਨਕ 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 ਕਹਿਣ ਵਾਲਾ ਨਰਕਾਂ ਨੂੰ ਨਾਨਕ ਕਹਿਣ ਵਾਲਾ ਨਰਕਾਂ ਨੂੰ ਨਹੀਂ ਜਾਂਦਾ ਨਾ ਉਹ ਤੇਰਾ ਨਿਰੰਕਾਰ ਹੈ ਨਾ ਉਹ ਤੇਰਾ ਨਿਰੰਕਾਰ ਹੈ ਨਾ ਇਹ ਲਈਏ ਨਰਕ ਨਾ ਜਾਈਏ ਨਾ ਇਹ ਲਈਏ ਨਰਕ ਨਾ ਜਾਈਏ ਉਹ ਪੈਰ ਪਵਿੱਤਰ ਹਨ ਜਿਹੜੇ ਨਾਨਕ ਦੇ ਘਰ ਵਿੱਚ ਚੱਲ ਕੇ ਆਉਂਦੇ ਹਨ ਮਾਫ਼ ਕਰਨਾ ਉਹ ਪੈਰ ਪਵਿੱਤਰ ਹਨ ਜਿਹੜੇ ਨਾਨਕ ਦੇ ਘਰ ਵਿੱਚ ਚੱਲ ਕੇ ਆਉਂਦੇ ਹਨ ਉਹ ਹੱਥ ਪਵਿੱਤਰ ਹਨ ਜਿਹੜੇ ਨਾਨਕ ਦੇ ਘਰ ਦੀ ਸੇਵਾ ਕਰਦੇ ਹਨ ਉਹ ਕੰਨ ਪਵਿੱਤਰ ਹਨ ਜਿਹੜੇ ਨਾਨਕ ਦਾ ਨਾਮ ਸੁਣਦੇ ਹਨ ਉਹ ਰਸਨਾ ਪਵਿੱਤਰ ਹੈ ਜਿਹੜੀ ਨਾਨਕ ਦਾ ਨਾਮ ਜਪਦੀ ਹੈ ਉਹ ਅੱਖਾਂ ਪਵਿੱਤਰ ਹਨ ਜਿਹੜੇ ਨਾਨਕ ਦੇ ਦਰਸ਼ਨ ਕਰਦੀਆਂ ਹਨ ਤਦੇ ਤਾਂ ਕਿਹਾ ਮਾਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਹੈ ਇਕਬਾਲ ਨੇ ਲਿਖਿਆ ਕਿ ਤਾਂ ਇਸਲਾਮੀ ਮਤ ਦਾ ਬਹੁਤ ਵੱਡਾ ਸ਼ਾਇਰ ਹੋਇਆ ਦੁਨੀਆਂ ਦਾ ਕਾਬਲ ਕਵੀ ਹੋਇਆ ਸ਼ਾਇਰ ਹੋਇਆ ਕਹਿੰਦਾ ਗੁਰੂ ਨਾਨਕ ਰਾਹੇ ਨੁਮਾ ਬਣ ਕੇ ਆਇਆ ਗੁਰੂ ਨਾਨਕ ਰਾਹੇ ਨੁਮਾ ਕੇ ਤੇ ਮਾਰਗ ਦਰਸ਼ਕ ਰਾਹ ਦੱਸਣ ਵਾਲਾ ਗੁਰੂ ਨਾਨਕ ਰਾਹੇ ਨੁਮਾ ਬਣ ਕੇ ਆਇਆ ਦਰਦ ਦਿਲੋਂ ਕੀ ਦੁਆ ਬਣ ਕੇ ਆਇਆ ਦਰਦ ਦਿਲੋਂ ਕੀ ਦੁਆ ਬਣ ਕੇ ਆਇਆ ਜਿਹਨੂੰ ਦੁਖੀ ਕਹਿੰਦੇ ਗੁਰੂ ਨਾਨਕ ਰਾਹੇ ਨੁਮਾ ਬਣ ਕੇ ਆਇਆ ਦਰਦ ਦਿਲੋਂ ਕੀ ਦੁਆ ਬਣ ਕੇ ਆਇਆ ਹਿੰਦੂਓ ਕਾ ਗੁਰੂ ਮੁਸਲਮਾਨੋ ਕਾ ਪੀਰ ਹਿੰਦੂਓ ਕਾ ਗੁਰੂ ਮੁਸਲਮਾਨੋ ਕਾ ਪੀਰ ਖੁਦਾ ਕੀ ਕਸਮ ਖੁਦਾ ਕਾ ਨੂਰ ਖੁਦਾ ਬਣ ਕੇ ਆਇਆ ਖੁਦਾ ਕੀ ਕਸਮ ਖੁਦਾ ਕਾ ਨੂਰ ਖੁਦਾ ਕੀ ਕਸਮ ਖੁਦਾ ਕਾ ਨੂਰ ਖੁਦਾ ਬਣ ਕੇ ਆਇਆ ਗੁਰੂ ਨਾਨਕ ਇੱਕ ਪ੍ਰਕਾਸ਼ ਸੀ ਸੂਰਜ ਨਿਕਲਿਆ ਤਾਰੇ ਛਿਪ ਗਏ ਸੂਰਜ ਨਿਕਲਿਆ ਤਾਰੇ ਛਿਪ ਗਏ ਹਨੇਰਾ ਉੱਡ ਗਿਆ ਬਾਬਾ ਨਾਨਕ ਪ੍ਰਗਟਿਆ ਅਗਿਆਨਤਾ ਰੂਪੀ ਹਨੇਰਾ ਉੱਡ ਗਿਆ ਪ੍ਰਕਾਸ਼ ਹੋ ਗਿਆ ਬਾਬਾ ਨਾਨਕ ਜਿਨਕੋ ਨਜ਼ਰ ਕਰਮ ਦਿਨਕਾਰ ਜਿੱਥੇ ਗਿਆ ਜੇ ਬਾਬੇ ਦੀ ਨਜ਼ਰ ਜੇ ਬਾਬੇ ਦੀ ਨਜ਼ਰ ਸੱਪਾਂ ਤੇ ਪਈ ਤੇ ਸੱਪਾਂ ਦੀ ਯਰ ਦੂਰ ਹੋ ਗਈ ਸ਼ੇਸ਼ ਨਾਗ ਨੇ ਸ਼ਾਮਾਂ ਕੀਤੀਆਂ ਜੇ ਬਾਬੇ ਦੀ ਨਜ਼ਰ ਪਈ ਅੱਖਾਂ ਦੀਆਂ ਖੱਖੜੀਆਂ ਤੇ ਮਾਫ ਕਰਨਾ ਅੱਖਾਂ ਦੀਆਂ ਖੱਖੜੀਆਂ ਉਹਦੇ ਵਿੱਚ ਅੰਮ੍ਰਿਤ ਚੋਣ ਲੱਗ ਪਿਆ ਜੇ ਬਾਬੇ ਦੀ ਨਜ਼ਰ ਪਈ ਕੌੜੇ ਰੇਠਿਆਂ ਤੇ ਮਾਫ ਕਰਨਾ ਕੌੜੇ ਰੇਠਿਆਂ ਚ ਅੰਮ੍ਰਿਤ ਭਰ ਗਿਆ ਬਾਬੇ ਦੀ ਨਜ਼ਰ ਪਈ ਜਿੱਥੇ ਬਾਬਾ ਪੈਰ ਕਰਿਆ ਬਾਬਾ ਕੌਡੇ ਰਾਕਸ਼ ਕੋਲ ਗਿਆ ਕੌਡੇ ਰਾਕਸ਼ ਕੋਲ ਜਾਣ ਤੋਂ ਪਹਿਲਾਂ ਬੰਦੇ ਤਰ ਤਰ ਕੇ ਖਾਣ ਵਾਲਾ ਕੋਟਾ ਬੰਦੇ ਤਰ ਤਰ ਕੇ ਕਾੜ ਵਾਲਾ ਕੋਟਾ ਬੰਦੇ ਤਰ ਤਰ ਸੀ ਬਾਬੇ ਨਾਨਕ ਦੇ ਪੁੱਜਣ ਤੋਂ ਪਹਿਲਾਂ ਬਾਬੇ ਨਾਨਕ ਦੇ ਮਿਲਾਪ ਤੋਂ ਪਹਿਲਾਂ ਇੱਕ ਰਾਕਸ਼ ਬੰਦੇ ਤਰ ਤਰ ਕੇ ਖਾਂਦਾ ਬਾਬੇ ਨਾਨਕ ਦੇ ਮਿਲ ਤੇ ਇੱਕ ਰਾਕਸ਼ ਸਿੱਖ ਬਣ ਕੇ ਸਿੱਖੀ ਦਾ ਪ੍ਰਚਾਰ ਕਰਦਾ ਬਾਬੇ ਨਾਨਕ ਦੇ ਮਿਲ ਤੇ ਮਾਫ ਕਰਨਾ ਇੱਕ ਰਾਕਸ਼ਸ ਬਾਬੇ ਨਾਨਕ ਦਾ ਸਿੱਖ ਬਣ ਕੇ ਸਿੱਖੀ ਦਾ ਪ੍ਰਚਾਰ ਕਰਦਾ ਬਾਬਾ ਸਿੱਖੀ ਸਿੱਖੀ ਦਾ ਪ੍ਰਚਾਰ ਵਾਸਤੇ ਮੰਜੀ ਬਖਸ਼ ਕਰਦਾ ਭਾਈ ਸਭ ਕਹਿੰਦੇ ਜਿੱਥੇ ਬਾਬਾ ਪੈਰ ਤਰੇ 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 ਜਿੱਥੇ ਬਾਬਾ ਪੈਰ ਤਰੇ
ਮੈਨੂੰ ਕਹਿੰਦਾ ਕਿ ਉਹ ਦਿਨ ਜਦੋਂ ਨਾਨਕ ਦਾ ਦੁਨੀਆ ਵਿੱਚ ਬੋਲ ਪਾਲਾ ਹੋਵੇਗਾ ਚੜ੍ਹਦੀ ਕਲਾ ਹੋਵੇਗੀ ਆ ਮਹਿਤਾ ਜੀ ਆ ਮਹਿਤਾ ਕਾਲੂ ਜੀ ਪਟਵਾਰੀ ਜੀ ਤੁਸੀਂ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰੋਗੇ ਆਖਿਆ ਕਿ ਬੇਟੀ ਸੱਚ ਤੇ ਇਹ ਹੈ ਕਿ ਤੇਰਾ ਵੀਰ ਕੁਝ ਨਹੀਂ ਕਰਦਾ ਕੁਝ ਨਹੀਂ ਕਰਦਾ ਇਸ ਤੇ ਬੇਬੇ ਨਾਨਕੀ ਸੁਲਤਾਨਪੁਰ ਵਿਆਹੀ ਹੋਈ ਸੀ ਜਰਾ ਧਿਆਨ ਦੇਣਾ ਪਵੇਗਾ ਆਪਣੇ ਪਿਤਾ ਦੀ ਚਿੱਠੀ ਪੜ੍ਹ ਕੇ ਬੇਬੇ ਨਾਨਕੀ ਨੇ ਆਖਿਆ ਜਦੋਂ ਜੀ ਇੱਧਰ ਮੋਦੀਖਾਨੇ ਦਾ ਨਵਾਬ ਮੋਦੀਖਾਨੇ ਦਾ ਨਵਾਬ ਹੈ ਜਿਹੜਾ ਮਾਫ਼ ਕਰਨਾ ਬੇਬੇ ਨਾਨਕੀ ਨੇ ਆਖਿਆ ਜੀ ਮੇਰੇ ਪਤੀ ਦਾ ਖਾਸ ਬੰਦਾ ਭਾਵ ਭਾਈਚਾਰਾ ਦਾ ਖਾਸ ਮਿਲਣ ਵਾਲਾ ਮੈਂ ਉਹਨੂੰ ਕਹਿ ਕੇ ਨਾ ਨਾਨਕ ਨੂੰ ਮੋਦੀਖਾਨੇ ਦੇ ਨਵਾਬ ਤੇ ਗੁਰੂ ਕਿਸੇ ਨੌਕਰੀ ਲਵਾ ਦੇਵਾਂਗੇ ਇੱਥੋਂ ਗੁਰੂ ਨਾਨਕ ਜੀ ਦੇ ਪਿਤਾ ਨੇ ਨਾਨਕ ਨੂੰ ਸੁਲਤਾਨਪੁਰ ਭੇਜਣਾ ਜਦੋਂ ਸੁਲਤਾਨਪੁਰ ਭੇਜਣਾ ਤੇ ਮੈਂ ਮਾਫ਼ ਕਰਨਾ ਗੁਰੂ ਕੀ ਸੰਗਤ ਭਾਈਆ ਜੈਰਾਮ ਜੀ ਨੇ ਮੋਦੀਖਾਨੇ ਦੇ ਨਵਾਬ ਨਾਲ ਗੱਲ ਕਰਨੀ ਕਹਿਣਾ ਜੀ ਮੇਰਾ ਸਾਲਾ ਇਹ ਨਾਨਕ ਮਾਫ਼ ਕਰਨਾ ਗੁਰੂ ਕੀ ਸੰਗਤ ਇਹਨੂੰ ਕੰਮ ਕਰਾਉਂਦੇ ਨੇ ਆਪਣੇ ਮੋਦੀਖਾਨੇ ਦੇ ਮੋਦੀਖਾਨਾ ਸਟੋਰ ਨੂੰ ਕਹਿੰਦੇ ਗੁਰੂ ਕੀ ਸੰਗਤ ਤੇ ਸਮਾਨ ਰੱਖਿਆ ਜਾਂਦਾ ਉਸ ਮੌਕੇ ਗੁਰੂ ਕਿਸਨ ਮੋਦੀਖਾਨੇ ਦੇ ਨਵਾਬ ਨੇ ਆਖਿਆ ਜੈਰਾਮ ਜੀ ਮੈਨੂੰ ਕੋਈ ਇਤਰਾਜ਼ ਨਹੀਂ ਕੰਮ ਮੇਰਾ ਗੁਰਦੁਆਰਾ ਖੁੱਲ੍ਹਾ ਪਰ ਯਾਦ ਰੱਖੇ ਜਦੋਂ ਤੇਰਾ ਨਾ ਇਹ ਸੱਚ ਰਿਸ਼ਤੇਦਾਰ ਮੇਰੇ ਨਾਲ ਧੋਖਾ ਨਾ ਕਰੇ ਪਰ ਕਹਿੰਦਾ ਇੱਕ ਵਾਰੀ ਸਤਿਗੁਰੂ ਨਾਨਕ ਹੱਟੀ ਪਾਈ ਸੀ ਤੇਰਾ ਤੇਰਾ ਕਰਕੇ ਲੁੱਟ ਮਚਾਈ ਸੀ ਭਾਰਤ ਢੋਲੀਆਂ ਲੋਕੀ ਘਰ ਨੂੰ ਜਾਂਦੇ ਨੇ ਸਤਿਗੁਰੂ ਨਾਨਕ ਮਾਫ਼ ਕਰਨ ਮੁਕੂ ਪੈ ਫਰਮਾਉਂਦੇ ਨੇ ਮਾਫ਼ ਕਰਨ ਕੀ ਸੰਗਤ ਇੱਧਰ ਮੋਦੀਖਾਨੇ ਦੇ ਨਵਾਬ ਤੇ ਪੁੱਜਣਾ ਸੌਦਾ ਤੋੜਨਾ ਕਿਸੇ ਨੇ ਪੈਸੇ ਤੇ ਦਿੱਤੇ ਇੱਕ ਧਾਰਨਾ ਦੋ ਧਾਰਨਾ ਤਿੰਨ ਧਾਰਨਾ ਕਰਦੇ 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 ਗੁਰੂ ਕੀ ਸੰਗਤ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਅਖੀਰ ਬਾਰਾਂ ਦੀ ਗਿਣਤੀ ਤੇ ਤੇਰਾਂ ਦੀ ਬਾਬਾ ਜੀ ਕਹਿੰਦੇ ਤੇਰਾਂ ਤੋਂ ਅੱਗੇ ਕੀ ਜਾਣਾ ਜਦ ਹੈ ਸਭ ਕੁਝ ਤੇਰਾ ਮੇਰਾ ਮੁਝਮੇ ਫਿਸ਼ ਨਹੀਂ ਜੋ ਵੀ ਰਹਿ ਸੋ ਤੇਰਾ ਤੇਰਾ ਤੁਝਕੋ ਸੁਣ ਤੇ ਕਿਹਾ ਬਾਕੀ ਮੇਰਾ ਕਈ ਕਹਿੰਦੇ ਪੈਸੇ ਨਹੀਂ ਸੌਦਾ ਤਾਂ ਲੈ ਲਈਏ ਬਾਬਾ ਜੀ ਕਹਿੰਦੇ ਪੈਸਿਆਂ ਦੀ ਫਿਕਰ ਨਾ ਕਰੋ ਪੈਸਿਆਂ ਦੀ ਫਿਕਰ ਨਾ ਕਰੋ ਮਾਫ਼ ਕਰਨਾ ਸੌਦਾ ਲੈ ਲਓ ਪੈਸੇ ਆ ਜਾਣਗੇ ਗੁਰੂ ਕੀ ਸੰਗਤ ਕਿਉਂ ਇੱਕ ਵਾਰੀ ਸਤਿਗੁਰੂ ਨਾਨਕ ਹੱਟੀ ਪਾਈ ਸੀ ਤੇਰਾ ਤੇਰਾ ਕਰਕੇ ਲੁੱਟ ਮਚਾਈ ਸੀ ਮਾਫ਼ ਕਰਨਾ ਗੁਰੂ ਕੀ ਸੰਗਤ ਫੁੱਟ ਗਿਆ ਸਤਿਗੁਰੂ ਨਾਨਕ ਦੇ ਫੁੱਟ ਗਿਆ ਸਤਿਗੁਰੂ ਨਾਨਕ ਦੇ ਫੁੱਟ ਗਿਆ ਤੇਰਾ ਹੀ ਤੇਰਾ ਕਰੀ ਜਾਂਦਾ ਤੇਰਾ ਹੀ ਤੇਰਾ ਚੁੱਪ ਬਈ ਤੇਰਾ ਤੇਰਾ ਤੇਰਾ
ਤੇਰਾ ਤੇਰਾ ਉਹ ਬੇਲੇ ਪਾਸੇ ਜਾ ਕੇ ਨਵਾਬ ਖੜੋ ਕੇ ਬਾਬੇ ਨਾਨਕ ਨੂੰ ਮੋਢੇ ਤੋਂ ਫੜ ਕੇ ਕਹਿੰਦਾ ਕਦੇ ਫੜ ਕੇ ਤੇਰਾ ਕਿੰਨਾ ਮੇਰਾ ਤੇਰਾ ਕੌਣ ਹੁੰਦਾ ਤਾਂ ਮੇਰਾ ਮਹਾਰਾਜ ਕਹਿ ਤੈਨੂੰ ਕਹਿੰਦਾ ਤਾਂ ਮੇਰਾ ਅਖਾਲੀ ਕਰਤਾ ਸਾਰਾ ਸਟੋਰ ਸਾਫ਼ ਕੀਤਾ ਤੇਰੇ ਕੋਲ ਲਿਆ ਜਾਏਗਾ ਪਤਾ ਲੱਗੂਗਾ ਤੂੰ ਸਾਫ਼ ਕੀਤਾ ਦੇਣਾ ਪਿਆ ਕਹਿੰਦਾ ਗੁਰੂ ਕਿਸ ਸਖਤ ਨੌਕਰ ਬੁਲਾਏ ਤੇ ਮੋਦੀ ਖਾਨ ਨੇ ਨਵਾਤਾ ਤਾਲਾ ਜਦੋਂ ਮੋਦੀ ਖਾਨ ਨੇ ਤਾਲਾ ਲਾਉਂਦਾ ਤੇ ਆਖਿਆ ਦੋ ਦਿਨ ਦੇ ਬਾਅਦ ਸਾਫ਼ ਕੀਤਾ ਕੀਤਾ ਜਾਏਗਾ ਜਦੋਂ ਨੌਕਰ ਨੇ ਗੁਰੂ ਕਿਸ ਸਖਤ ਭਾਈ ਜਹਿਰਾ ਨੂੰ ਪਤਾ ਲੱਗਾ ਵੀ ਨੌਕਰੀ ਤੋਂ ਜਵਾਬ ਹੋ ਗਿਆ ਮਨ ਚ ਬੜਾ ਖੇਦ ਹੈ ਨਾਨਕ ਤੂੰ ਨੌਕਰੀ ਨੀ ਕਰਦਾ ਪਰ ਬੇਬੇ ਨਾਨਕੀ ਰੱਬ ਨੂੰ ਪਹੁੰਚੀ ਹੋਈ ਸੀ ਆਪਣੇ ਵੀਰ ਨੂੰ ਰੱਬ ਰੂਪ ਕਰਕੇ ਲੜਦੀ ਸੀ ਨਿਤਾ ਪ੍ਰਤੀ ਸਤਿਗੁਰੂ ਗੁਰੂ ਨਾਨਕ ਦੇ ਮਰ ਭਾਈ ਬਾਬਾ ਜੋ ਉਮਰ ਵਿੱਚ ਗੁਰੂ ਨਾਨਕ ਜੀ ਦਾ ਹਾਨੀ ਵੀ ਸੀ ਤੇ ਗੁਰੂ ਨਾਨਕ ਜੀ ਦੇ ਨਗਰ ਦਾ ਵੀ ਸੀ ਉਹਨੂੰ ਮਰ ਲੈ ਕੇ ਮਰ ਮਈ ਦੇ ਕੰਢੇ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਮਾਤਰ ਇੱਧਰ ਰਾਤ ਦੇ ਸਮੇਂ ਗੁਰੂ ਕਿਰਪਾ ਜੀ ਮਹਾਰਾਜ ਇੱਕ ਵਜੇ ਦਾ ਸਮਾਂ ਹੋਇਆ ਮਰ ਬੰਜ ਨੂੰ ਲੈ ਕੇ ਮਈ ਦੇ ਕੰਢੇ ਚਲੇ ਗਏ ਜਦੋਂ ਮਈ ਦੇ ਕੰਢੇ ਤੇ ਗਏ ਦੁਨੀਆਂ ਜਿੰਨਾ ਮੂੰਹ ਤੇ ਬੋਲੀਆਂ ਗੱਲਾਂ ਹੁੰਦੀਆਂ ਨੇ ਇਹਦੀਆਂ ਦੋ ਨੀਹਾਂ ਨੇ ਦੋ ਨੀਹਾਂ ਜਿਵੇਂ ਮਕਾਨ ਦੀ ਇੱਕ ਨੀਂਹ ਹੁੰਦੀ ਹੈ ਦੁਨੀਆਂ ਦੀਆਂ ਦੋ ਨੀਹਾਂ ਦੋ ਨੀਹਾਂ ਮਹਾਰਾਜ ਸੰਤ ਨੂਰ ਅੰਧਕੋਰ ਸੰਤ ਚੋਰ ਹਰਾਮਖੋਰ ਸੰਤ ਅਮ ਕਰ ਜਾਏ ਜੋ ਸੰਤ ਅਮੜ ਹੱਤਿਆ ਕਮਾਏ ਸੰਤ ਪਾਪੀ ਪਾਪ ਕਰ ਜਾਏ ਸੰਤ ਗਲ ਵੱਢ ਹੱਤਿਆ ਕਮਾਏ ਇਹ ਉਹਦੇ ਪਾਪੀ ਨੇ ਜਿਹੜੇ ਵਿਦੋਸ਼ਿਆਂ ਨਾਲ ਗਲ ਵੱਢਦੇ ਜਿਹੜੇ ਜੀਵਾਂ ਨੂੰ ਮਾਰ ਮਾਰ ਕੇ ਖਾਂਦੇ ਨੇ ਗਲ ਵੱਢ ਅਸੰਖਾ ਇਹੋ ਜਿਹੇ ਪਾਪੀ ਨੇ ਮਹਾਰਾਜ ਕਹਿੰਦੇ ਜਿਹੜੇ ਕਿਸੇ ਦੀ ਬਣਦੀ ਗੱਲ ਨੂੰ ਵੱਢ ਦਿੰਦੇ ਨੇ ਬਣਦੀ ਗੱਲ ਨੂੰ ਵੱਢਦੇ ਨੇ ਉਹ ਵੀ ਪਾਪੀ ਨੇ ਜਿਹੜੇ ਕਿਸੇ ਦੀ ਬਣਦੀ ਗੱਲ ਨੂੰ ਵੱਢ ਦਿੰਦੇ ਨੇ ਭਾਵ ਬਣਦਾ ਕੰਮ ਗਾੜ ਦਿੰਦੇ ਨੇ ਕੋਈ ਕਿਸੇ ਪਿੰਡ ਵਿੱਚ ਆਪਣੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਗਿਆ ਸਗਲ ਬੋਲਣਾ ਸੀ ਮਾਪਰ ਨਾ ਗੁਰੂ ਕਿਸੇ ਪਿੰਡ ਦੇ ਵਿੱਚ ਮਾਪਰ ਨੂੰ ਥੋੜ੍ਹੇ ਬਹੁਤ ਵਿਰੋਧੀ ਤਾਂ ਹੁੰਦੇ ਹੀ ਨੇ ਜਦੋਂ ਉਹ ਲੜਕੀ ਵਾਲੇ ਪਿੰਡ 'ਚ ਬਾਹਰ ਵਾਰ ਪੁੱਜੇ ਤੇ ਪਿੰਡ ਤੋਂ ਬਾਹਰ ਵਾਰਨਾ ਮਾਪਰ ਨਾ ਗੁਰੂ ਕਿਸ ਸੰਗਤ ਜਿਹਨਾਂ ਦੇ ਘਰੇ ਜਾ ਕੇ ਲੜਕੇ ਨੂੰ ਸਗਲ ਪਾਉਣਾ ਸੀ ਉਹਨਾਂ ਦੇ ਵਿਰੋਧੀ ਬੰਦੇ ਖੜੇ ਸੀ ਉਹ ਆਪਸ ਲੱਗ ਕੇ ਗੱਲਾਂ ਕਰਨ ਲੱਗੇ ਕਰਨ ਵੀ ਖਾਨਦਾਨ ਚੰਗਾ ਬੰਦੇ ਚੰਗੇ ਜੀ ਮੁੰਡਾ ਬੜਾ ਸਿਆਣਾ ਜੀ ਪੈਸੇ ਦਾ ਅੰਤ ਨਹੀਂ ਲਕਸ਼ਮੀ ਪਾਣੀ ਭਰਦੀ ਬੰਦੇ ਬੜੇ ਸਿਆਣੇ ਮੁੰਡਾ ਬੜਾ ਸੋਹਣਾ ਉੱਚਾ ਜੰਮਾ ਚੰਗਾ ਪੜਿਆ ਲਿਖਿਆ ਗੱਭਰੂ ਮੁੰਡੇ ਨੂੰ ਵੇਖਿਆ ਭੁੱਖ ਲੈਂਦੀ ਪਰ ਇੱਕੋ ਗੱਲ ਮਾੜੀ ਕਦੇ ਕਦੇ ਮਿਰਗੀ ਦਾ ਦੌਰਾ ਪੈਂਦਾ ਕਦੇ ਕਦੇ ਮਿਰਗੀ ਦਾ ਦੌਰਾ ਪੈਂਦਾ ਇਹੋ ਜਿਹੇ ਵੀ ਪਾਪੀ ਜਿਹੜੇ ਕਿਸੇ ਦੀ ਬਣਦੀ ਗੱਲ ਨੂੰ ਸਿਰੇ ਨਹੀਂ ਚੜਨ ਦਿੰਦੇ ਜਿਹੜੇ ਕਿਸੇ ਦੀ ਬਣਦੀ ਗੱਲ ਨੂੰ ਸਿਰੇ ਨਹੀਂ ਚੜਨ ਦਿੰਦੇ ਦੁਨੀਆਂ ਦੋ ਨੀਹਾਂ ਦੋ ਨੀਹਾਂ ਇਹਦੀਆਂ ਦੋ ਨੀਹਾਂ ਦੋਗਲੀ ਦੋਗਲੀ ਦੁਨੀਆਂ ਸੰਸਾਰ ਦਾ ਮਤਲਬ ਸ਼ੰਕਿਆ ਨਾ ਭਰਿਆ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬਰਮ ਤਰਿਓ ਬਰਮ ਗਿਆਨੀ ਹੁਣ ਮਹਾਰਾਜ ਨਿਤਾ ਪ੍ਰਤੀ ਨਹਾਉਣ ਵਾਸਤੇ ਜਾਇਆ ਕਰਦੇ ਸੀ ਬਈ ਤੇ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਕੇ ਬਈ ਦੇ ਕੰਢੇ ਤੇ ਬਹਿ ਜਾਣਾ ਅੱਜ ਬਾਬਾ ਜੀ ਬਈ ਦੇ ਕੰਢੇ ਤੇ ਗਏ ਰਾਵੀ ਦਰਿਆ ਚ ਲਾਈ ਡੁਬਕੀ ਡੁਬਕੀ ਵੀ ਕਹਿੰਦੇ ਨੇ ਜਦੋਂ ਡੁਬਕੀ ਲਾਈ ਤੇ ਮਾਪਰ ਨਾ ਮਾਰ ਕਿੱਥੇ ਚਲੇ ਗਏ ਸੱਚਖੰਡ ਚਲੇ ਗਏ ਸੱਚਖੰਡ ਵਸੇ ਰਣਕਾਰ ਕਰ ਕਰ ਵੇਖਿਆ ਨਦਰ ਨਿਹਾਲ ਜਦੋਂ ਸੱਚਖੰਡ ਚਲੇ ਗਏ ਮਾਪਰ ਨਾ ਤੇ ਇੱਧਰ ਭਾਈ ਬਾਲਾ ਦੇਖਦਾ ਬਾਬਾ ਜੀ ਅਜਿਹੀਆਂ ਇੱਕ ਘੜੀ ਦੋ ਘੜੀਆਂ ਤਿੰਨ ਘੜੀਆਂ ਚਾਰ ਘੜੀਆਂ ਬੀਤੀਆਂ ਉਹ ਨਾਨਕ ਡੁੱਬ ਗਿਆ ਬੇਬੇ ਨਾਨਕੀ ਦਾ ਇਕਲੌਤਾ ਵੀਰ ਡੁੱਬ ਗਿਆ ਇਹ ਉਹਦੇ ਮਨ ਦੇ ਵਿੱਚ ਖਿਆਲ ਆਉਂਦੇ ਬਾਬਾ ਜੀ ਹੁਣ ਆਉਂਦੇ ਬਾਬਾ ਜੀ ਹੁਣ ਆਉਂਦੇ ਪਰ ਬਾਬਾ ਜੀ ਕਹਿੰਦੇ ਕਿ ਨਿਰੰਕਾਰ ਦੇ ਦੇਸ਼ ਵਿੱਚ ਅੱਗੇ ਸੱਚਖੰਡ ਦਾ ਨਕਸ਼ਾ ਐਸਾ ਬਣਿਆ ਜਿਵੇਂ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਲੱਗਦੇ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਵਿੱਚ ਵਜ਼ੀਰ ਮੰਤਰੀ ਟਹਿਲਕਰ ਖੱਬੇ ਸੱਜੇ ਬੈਠੇ ਹੁੰਦੇ ਦਰਬਾਰ ਪਹਿਰੇ ਤੇ ਖੜੇ ਹੁੰਦੇ ਇਸ ਤਰ੍ਹਾਂ ਅਕਾਲ ਪੁਰਖ ਦੇ ਚਰਨਾਂ 'ਚ ਗੁਰੂ ਨਾਨਕ ਜੀ ਜਦੋਂ ਵਹੀ ਨਦੀ ਦੀ ਡੁਬਕੀ ਲਗਾਈ ਤਾਂ ਚਲੇ ਗਏ ਸੱਚਖੰਡ ਜਿੱਥੇ ਜਿੱਤ ਦਰ ਲੱਖ ਮੁਹੰਮਦਾਂ ਜਿੱਤ ਦਰ ਲੱਖ ਮੁਹੰਮਦਾਂ ਮੁਹੰਮਦ ਮੁਸਲਮਾਨਾਂ ਦਾ ਦੇ ਪੈਗੰਬਰ ਹੋਏ ਨੇ ਪਰ ਉਹ ਪਰਮੇਸ਼ਰ ਦਾ ਦਰ ਇਹੋ ਜਿਹਾ ਭਾਈ ਗੁਰਦਾਸ ਨੇ ਨਕਸ਼ਾ ਕੀਤਾ ਕਹਿੰਦੇ ਜਿੱਤ ਦਰ ਲੱਖ ਮੁਹੰਮਦਾਂ ਲੱਖ ਬਰਮਾ ਵਿਸ਼ਨ ਮਹੇਸ਼ ਹਿੰਦੂ ਮਤ ਨਾਲ ਬਰਮਾ ਨੂੰ ਮੰਨਦੇ ਵਿਸ਼ਨੂੰ ਨੂੰ ਮੰਨਦੇ ਮਹੇਸ਼ ਸ਼ਿਵਜੀ ਨੂੰ ਮੰਨਦੇ ਪਹਿਲਾਂ ਇਹੋ ਜਿਹਾ ਨਕਸ਼ਾ ਬਣਾ ਹੋਇਆ ਸਾਰੇ ਹੱਥ ਬੰਨ ਕੇ ਖਲੋਤੇ ਨੇ ਤੇ ਗੁਰੂ ਜੀ ਕਹਿੰਦੇ ਨਿਰੰਕਾਰ ਦੇ ਦੇਸ਼ ਦੇ ਨਿਰੰਕਾਰ ਦੇ ਸਾਹਮਣੇ ਜਾ ਕੇ ਦੋਵੇਂ ਹੱਥ ਜੋੜ ਕੇ ਬਾਬਾ ਜੀ ਖਲੋਤੇ ਨੇ ਹੱਥ ਬੰਨ ਕੇ ਖਲੋਤੇ ਨੇ ਸਾਰੇ ਦੇਵੀ ਦੇਵ ਲੱਖਾਂ ਔਲੀ
ادھر بالا تو تیسرے دن گیا تو سورج نکلتے گیا تو گرو نانک جی وہیں تو باہر آئے معاف کرنا بالے کی خوشی کا ٹکانا نہ رہا مہاراج جی اب کتنے چلے گئے سی بےبے جی اپنی انتظار کرتے گھر کر آئے ہیں اس کو بےبے نانکے پوچھا ویر تھی کتنے چلے گئے سی اگے جتنے رکار رہ گیا اتنے چلے گئے حکم ہے آ گئے اس بالے جا کے بڑے بڑے پوچھ کے لوگ گرو نانک جی نے مہاراج آ کے نا ماتر نہ گرو کی سب بار خبر سن مت گھر سن مت گھٹا جی جا کے پی گئے وہ جن میں گلا ڈوکی کہتے کہ نانک نانک پاگ ہو گئے نانک تالا ہو گئے نانک بھوت چمڑ گئے ماتر نہ گرو کی سنگت وہ متبار چ بہ گیا جا کے مڑکی چ بہ گئے وہ جڑے من مت سن کہتے دو دن پانی چ رہ گیا دماغ پانی بھر گیا دماغ پانی بھر گیا اس بارے وچار کیتی سی کلتا جی कोई कहे बाबा जी कहे बाबा जी कोई 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 आके पूछना कोई आके पूछना कोई आके पूछना
ਸੁਲੱਖਣੀ ਨਾਂ ਕਰਕੇ ਵੀ ਦੱਸਿਆ ਬਾਬਾ ਸ੍ਰੀ ਚੰਦ ਤੇ ਬਾਬਾ ਲਕਸ਼ਮੀ ਦਾਸ ਦੇ ਛੋਟੀ ਉਮਰ ਦੇ ਸਨ ਮਾਫ ਕਰਨਾ ਬੇਬੇ ਨਾਨਕੀ ਜੀ ਨੂੰ ਗੁਰੂ ਕੇ ਮਹਿਲ ਮਾਤਾ ਚੋਣੀ ਨੇ ਆਖਿਆ ਜੀ ਤੁਸੀਂ ਆਪਣੇ ਵੀਰ ਨੂੰ ਰੋਕੋ ਤੁਹਾਡੇ ਤੋਂ ਵਗੈਰ ਕਿਤੇ ਨਹੀਂ ਮੰਨਦੇ ਇੱਕ ਹੱਥ ਨਾਲ ਲਕਸ਼ਮੀ ਚੰਦ ਦੀ ਬਾਂਹ ਫੜਦੀ ਤੇ ਦੂਜੇ ਹੱਥ ਨਾਲ ਸ੍ਰੀ ਚੰਦ ਦੀ ਬਾਂਹ ਫੜ ਕੇ ਗੁਰੂ ਨਾਨਕ ਦਾ ਰਸਤਾ ਰੋਕਦੇ ਆਖਿਆ ਵੀਰ ਜੀ ਨਾ ਵੀ ਜਪਣਾ ਭਜਨ ਕਰਨਾ ਘਰ ਚ ਵੀ ਹੋ ਸਕਦਾ ਆ ਲਕਸ਼ਮੀ ਚੰਦ ਤੇ ਸ੍ਰੀ ਚੰਦ ਦਾ ਤੇ ਪਰਵਿਸ਼ ਕੌਣ ਕਰੇਗਾ ਗੁਰੂ ਬਾਬੇ ਨੇ ਆਖਿਆ ਬੇਬੇ ਇਹਨਾਂ ਦਾ ਰਾਖਾ ਕਰਤਾਰ ਇਹਨਾਂ ਦਾ ਫਿਕਰ ਨਿਰੰਕਾਰ ਨੂੰ ਹੈ ਬੇਬੇ ਨਾਨਕੀ ਨੇ ਫਿਰ ਆਖਿਆ ਜੀ ਮੇਰੀ ਭਰਜਾਈ ਵੱਲ ਵੇਖੋ ਜੀ ਇਹਦੀ ਜਵਾਨੀ ਉਮਰ ਹੈ ਜੀ ਇਹਦਾ ਖਿਆਲ ਕਰੋ ਜੀ ਇਹਦਾ ਖਿਆਲ ਨਹੀਂ ਕਰਨਾ ਤੇ ਬੱਚਿਆਂ ਦਾ ਖਿਆਲ ਕਰੋ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬੇਬੇ ਜਿਹਨਾਂ ਬੱਚਿਆਂ ਦਾ ਮੋਹ ਤੂੰ ਮੈਨੂੰ ਪਾਉਂਦਿਆਂ ਨਿਰੰਕਾਰ ਕਰਕੇ ਕਰੇਗੀ ਤੇਰੇ ਘਰੇ ਕੋਈ ਇਲਾਜ ਨਾ ਹੋਵੇ ਤਾਂ ਕਿ ਤੂੰ ਇਸ ਮੋਹ ਤੋਂ ਬਚੀ ਰਹੇ ਇਤਿਹਾਸ ਦੱਸਦਾ ਕਿ ਬੇਬੇ ਨਾਨਕੀ ਦੇ ਕੋਈ ਇਲਾਜ ਨਹੀਂ ਹੋਈ ਕੱਲ੍ਹ ਤੱਕ ਨਾ ਕਰਨਾ ਰਹੀ ਗੱਲ ਬੇਬੇ ਇਹਨਾਂ ਬੱਚਿਆਂ ਵੱਲ ਵੇਖਾਂ ਇਹੋ ਜਿਹਾ ਗੁਰੂ ਨਾਨਕ ਸੀ ਇਹਨਾਂ ਦੋ ਬੱਚਿਆਂ ਵੱਲ ਵੇਖਾਂ ਇੱਕ ਤੇਰੀ ਭਰਜਾਈ ਵੱਲ ਵੇਖਾਂ ਮੇਰੇ ਮੇਰੇ ਤਾਂ ਆ ਜਰਾ ਆ ਮੈਂ ਤੁਹਾਨੂੰ ਦਿਖਾਵਾਂ ਸੰਸਾਰ ਦਾ ਨਕਸ਼ਾ ਗੁਰੂ ਨਾਨਕ ਨੇ ਸੁਪਾਤੀ ਲਾਈ ਪਤਾ ਸੰਸਾਰ ਵੇਖਿਆ ਕੱਪੜੇ ਸੱਚੀਆਂ ਜੀ ਕੱਪੜੇ ਪਾ ਕੇ
نعم فتر كرمان فاكر ماكرنا افرد مالا فدي رام نام جبنا پرايا مالا فدنا بولے پلے رحیانو پرشادہ چھکو گے جی جل پانی چھکو گے جی دود پانی چھکو گے جی گرمی یا کوئی نپو پانی دی سیوا دسو جی بیت یارا ملگیا ہوں دیں گا بولے پلے رحی سجن تھک سے شکار ہوتے رہے دود پین والے نے پرشادہ چھکر والے نے نپو پانی چھکر والے نے جو بھی چھکنا تے صدا دی نیند سو جانا ਧਰਮ ਸਾਦਾ ਬਣਾਈ ਹੋਈ ਸੀ ਨਾ ਰੱਖਿਆ ਕਿ ਧਰਮ ਸਾਦਾ ਅਸਲ ਵਿੱਚ ਸੀ ਬਾਗ ਜਾਨਾ ਮਤ ਕਰਨ ਪਿਛਲੇ ਪਾਸੇ ਖੂਹ ਪੱਟਿਆ ਸੀ ਖੂਨੀ ਖੂਹ ਜਿਹਨੇ ਪ੍ਰਸ਼ਾਦਾ ਪਾਣੀ ਛਕਣਾ ਸਦਾ ਦੀ ਨਹੀਂ ਸੌ ਜਾਣਾ ਜੇਬਾਂ ਦੀ ਸਫਾਈ ਕਰਨੀ ਉਹਦੀ ਲਾਸ਼ ਨੂੰ ਚੱਕਣਾ ਤੇ ਖੂਹ ਦੇ ਵਿੱਚ ਸੁੱਟ ਦੇਣਾ ਆਖਿਆ ਬੇਬੇ ਨਾਨਕੀ ਮੈਂ ਇਹਨਾਂ ਦੇ ਪਰਿਵਾਰ ਦੇ ਦਿੰਦੇ ਹਾਂ گرو نانک سنسار سے نہ ہوتے کیا سنسار کا نقشہ کچھ اور ہوتا کرتا نہیں مگر دیوے میں نہیں جانا کتنے کوڑے راستے ترتے کڑا ہے بندیاں تل تل کے کھان والا کوڑا دکھاتا معاف کرنا کتنے بنگال دیا بنگالنا معاف کرنا گرو کی سنگت ناک چیتک کر دیا دکھا دیا جب سب ویکیا تو بےبے نانکی نے آخیا ویر میں تین روکتی نہیں پر ایک وعدہ کرو آخیا سب کو بےبے جی آخیا جب یاد کرا درشن دینا ہوئے گا ਛੋੜਤ ਬਿਨਾਂ ਰਿਹਾ ਨਹੀਂ ਜਾਣਾ ਕਿਉਂਕਿ ਮੈਂ ਤੁਹਾਡੇ ਦਰਸ਼ਨ ਕੀਤੇ ਬਿਨਾਂ ਪ੍ਰਸ਼ਾਦਾ ਨਹੀਂ ਸਕਦੀ ਆਖਿਆ ਹਾਂ ਬੇਬੇ ਬਾਬਾ ਲਿਆ ਜਦੋਂ ਯਾਦ ਕਰੋਗੇ ਆਵਾਂਗੇ ਧੰਨ ਗੁਰੂ ਨਾਨਕ ਪਾਤਸ਼ਾਹ ਜੇ ਸੰਸਾਰ ਤੇ ਨਾ ਆਉਂਦੇ ਸੰਸਾਰ ਦਾ ਨਕਸ਼ਾ ਕੁਝ ਹੋਰ ਹੁੰਦਾ Thank you.
تريا جاندا حکم من مردانا تريا عذر نہ کیتا کائی بابا جی سر سے بیٹھے نے اوہ کتا چھوٹے ہوں دے مرد ہوں دے سر سما گیا نہیں رتا پیسہ ایک سر سے سوچے ਦੀਵੇ ਨਾ ਮਿੱਟੀ ਦੇ ਬਣੇ ਤੇ ਇੰਜ ਕਰੇ ਉਹਦੇ ਆਟੇ ਦੇ ਦੀਵੇ ਬਣਾ ਕੇ ਜੋਤ ਲਾ ਕੇ ਜਗਾ ਦਿਓ
بچے پچھنا ممی آج کی کر رہے ہو تو انہوں کی کر رہے بچے ماں باپ تو سکتے بیٹا آج دیتے نا بابا نانے کو پر کتیا آج بابا نانے گرو کی سنگت کی اور علاقے دے بارے کرپا کرنا ساست بھی بستے رہو ہستے رہو سکھی دے راہ چلتے رہو آئی ویکھدے رہیے ہن ارداس ہوئے گی